ਤੇ ਸਾਡੇ ਸਹਿਯੋਗੀ ਅਨਮੋਲ ਗੁਲਾਟੀ ਇਸ ਵੇਲੇ ਖੁਸ਼ੀਆਂ ਵਾਲੇ ਘਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਲਗਾਤਾਰ ਉੱਥੋਂ ਦੀਆਂ ਤਸਵੀਰਾਂ ਸਾਡੇ ਤੱਕ ਪਹੁੰਚਕੀਆਂ ਕਰ ਰਹੇ ਨੇ ਅਨਮੋਲ ਫਿਲਹਾਲ ਕੀ ਕੁਝ ਹਲਚਲ ਵੇਖ ਰਹੇ ਹੋ ਕਿਉਂਕਿ ਕੁਝ ਹੀ ਦਿਨ ਦੇ ਵਿੱਚ ਮਹਿਮਾਨਾਂ ਦੇ ਪਹੁੰਚਣ ਦਾ ਵੀ سلسلہ ਸ਼ੁਰੂ ਹੋ ਜਾਏਗਾ ਛੋਟਾ ਹੀ ਸਹੀ ਪਰ ਵੱਡਾ ਫੰਕਸ਼ਨ ਹੈ ਫਿਲਹਾਲ ਕੀ ਹਲਚਲ ਤੇ ਕੀ ਅਪਡੇਟਸ ਜੇ ਬਿਲਕੁਲ ਜਿਹੜਾ ਕਿ ਹੈ ਇਸ ਵਕਤ ਕਿਉਂਕਿ 10000 ਰਥੇ ਕਿ ਸਵੇਰੇ ਹੀ ਪ੍ਰਕਾਸ਼ ਜਿਹੜਾ ਕਿ ਉਹ ਕਰ ਦਿੱਤਾ ਕਰਵਾ ਦਿੱਤਾ ਗਿਆ ਸੀਗਾ ਅੰਦਰ ਤੇ ਮਹਾਰਾਜ ਜੀ ਦੇ ਸਰੂਪ ਦਾ ਪ੍ਰਕਾਸ਼ ਹੋਣ ਤੋਂ ਬਾਅਦ ਜਿਹੜਾ ਕਿ ਹੈ ਪਾਠ ਵੀ ਸ਼ੁਰੂ ਹੋ ਚੁੱਕਿਆ ਸੀਗਾ ਕੁਝ ਹੀ ਦੇਰ ਬਾਅਦ ਲਾਵਾ ਜਿਹੜੇ ਕਿ ਉਹ ਪੜੀ ਜਾਣ ਗਿਆ ਤੇ ਮਹਿਮਾਨ ਜਿਹੜੇ ਕਿ ਆਲਮੋਸਟ ਅੰਦਰ ਨੇ ਜਿਸ ਤਰੀਕੇ ਨਾਲ ਜਿਹੜੇ ਲਗਾਤਾਰ ਵੇਟਰਸ ਦੇ ਤੇ ਕੇਟਰਿੰਗ ਵਾਲੇ ਲੋਕਾਂ ਦੇ ਆਣ ਜਾਣ ਦਾ ਸਿਲਸਿਲਾ ਚੱਲ ਰਿਹਾ ਹੈ ਕੱਲ ਸ਼ਾਮ ਤੋਂ ਹੀ ਤੇ ਇਹ ਜ਼ਰੂਰ ਦਜ ਕੀਤਾ ਜਾ ਸਕਦਾ ਹੈ ਕਿ ਕੱਲ ਸ਼ਾਮ ਤੋਂ ਹੀ ਜਿਹੜੀ ਕਿ ਹੈ ਸੈਲੀਬ੍ਰੇਸ਼ਨ ਚੱਲ ਰਹੀਆਂ ਰਸਮਾਂ ਚੱਲ ਰਹੀਆਂ ਇੱਕ ਵਾਰੀ ਤਸਵੀਰਾਂ ਕਿ ਬਾਹਰ ਤੋਂ ਜ਼ਰੂਰ ਨਾਰਮਲ ਹੀ ਤਸਵੀਰਾਂ ਆਮ ਤੌਰ ਤੇ ਜਿਵੇਂ ਕਿ ਜੋ ਤਸਵੀਰਾਂ ਸਾਹਮਣੇ ਹੁੰਦੀਆਂ ਨੇ ਉਹ ਨਜ਼ਰ ਆ ਰਹੀਆਂ ਲੇਕਿਨ ਜੇਕਰ ਅੰਦਰ ਦੀ ਗੱਲ ਕੀਤੀ ਜਾਵੇ ਤਾਂ ਅੰਦਰ ਕਿਉਂਕਿ ਪਰਿਵਾਰਕ ਮੈਂਬਰ ਵੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਦੀ ਮਾਤਾ ਵੀ ਅੰਦਰ ਮੌਜੂਦ ਹੈ ਭੈਣ ਵੀ ਅੰਦਰ ਮੌਜੂਦ ਹੈ ਜਿਨ੍ਹਾਂ ਨੂੰ ਜਿਨ੍ਹਾਂ ਦੀ ਮਰਜ਼ੀ ਤੇ ਹੀ ਜਿਹੜਾ ਕਿ ਵਿਆਹ ਹੋਣ ਜਾ ਰਿਹਾ ਹੈ ਉਹਨਾਂ ਵੱਲੋਂ ਜਿਹੜਾ ਕਿ ਕਿਹਾ ਗਿਆ ਸੀਗਾ ਕਿ ਘਰ ਵੀ ਜਿਹੜਾ ਕਿ ਪੂਰਾ ਕੀਤਾ ਜਾਵੇ ਉਸ ਨੂੰ ਲੈ ਕੇ ਹੀ ਇਹ ਵਿਆਹ ਜਿਹੜਾ ਕਿ ਹੈ ਕੀਤਾ ਗਿਆ ਹਾਮੀ ਭਰੀ ਗਈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਤਾਂ ਜਿਸ ਤਰੀਕੇ ਨਾਲ ਇਹ ਪੂਰੀ ਤਿਆਰੀਆਂ ਕੱਲ ਤੋਂ ਹੀ ਚੱਲ ਰਹੀਆਂ ਹਾਲਾਂਕਿ ਇੱਕ ਹੀ ਸਮੇਂ ਇੱਕ ਹੀ ਦਿਨ ਦਾ ਸਮਾਜ ਜਿਹੜਾ ਕਿ ਹੈ ਉਹ ਦਿੱਤਾ ਗਿਆ ਸੀਗਾ ਇੱਕ ਦਿਨ ਦੇ ਵਿੱਚ ਕੁਛ ਹੀ ਤਿਆਰੀਆਂ ਜਿਹੜੀਆਂ ਕੀਤੀਆਂ ਗਈਆਂ ਨੇ ਹਾਲਾਂਕਿ ਇਹ ਵੀ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਖੁਸ਼ੀ ਦਾ ਮੌਕਾ ਹੈ ਕਿ ਇੱਕ ਦਿਨ ਇੱਕ ਕੱਲ ਜਿਹੜਾ ਐਲਾਨ ਕੀਤਾ ਗਿਆ ਤੇ ਅੱਜ ਦਾ ਵਿਆ ਰੱਖਿਆ ਗਿਆ ਤਾਂ ਖੁਸ਼ੀ ਦਾ ਮੌਕਾ ਵੀ ਸੀਗਾ ਲੇਕਿਨ ਉਸ ਖੁਸ਼ੀ ਦੀ ਮੌਕੇ ਦੀ ਤਿਆਰੀਆਂ ਨੂੰ ਲੈ ਕੇ ਕਾਫੀ ਘੱਟ ਸਮਾਂ ਜਿਹੜਾ ਕਿ ਆ ਪਰਿਵਾਰ ਨੂੰ ਮਿਲਿਆ ਤੇ ਪਰਿਵਾਰ ਵੱਲੋਂ ਇਹ ਪੂਰਾ ਜਿਹੜਾ ਕਿ ਆਪਣੀ ਸੈਲੀਬ੍ਰੇਸ਼ਨ ਦੀ ਤਿਆਰੀ ਕੀਤੀ ਗਈ ਨਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਿਹੜਾ ਕਿ ਇਹ ਵੀ ਜ਼ਰੂਰ ਕਿਹਾ ਗਿਆ ਕਿ ਜੋ ਵੀ ਇਸ ਸਮਾਗਮ ਤੇ ਭਾਵੇਂ ਸਧਾਰਨ ਸਮਾਗਮ ਰੱਖਿਆ ਗਿਆ ਤਾਂ ਇਸ ਦੋਤੇ ਜੋ ਵੀ ਖਰਚਾ ਆਏਗਾ ਉਹ ਨਿੱਜੀ ਤੌਰ ਤੇ ਜਿਹੜਾ ਕਿ ਆ ਭੁਗਤਾਇਆ ਜਾਊਗਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੋਈ ਸਰਕਾਰੀ ਖਜ਼ਾਨੇ ਤੋਂ ਜਾਂ ਕਿ ਕਿਸੇ ਵੀ ਤਰੀਕੇ ਦਾ ਸਰਕਾਰੀ ਖਰਚਾ ਇਹ ਤੇ ਨਹੀਂ ਹੋਏਗਾ ਆਪਣੇ ਵੱਲੋਂ ਚਾਹੇ तमाम ਚੀਜ਼ਾਂ ਦੇ ਉਤੇ ਕੀਤਾ ਜਾਏਗਾ ਹਾਲਾਂਕਿ ਜਿਹੜੇ ਅੰਦਰ ਜੋ ਤਸਵੀਰਾਂ ਨੇ ਉਹ ਜ਼ਰੂਰ ਜਿਹੜੀਆਂ ਕਿ ਇਹ ਵੇਖਣ ਨੂੰ ਮਿਲਣਗੀਆਂ ਕੁਝ ਦਿਨ ਬਾਅਦ ਕਿ ਅੰਦਰ ਕਿਸ ਤਰੀਕੇ ਦੀ ਸੈਲੀਬ੍ਰੇਸ਼ਨ ਜਿਹੜੀਆਂ ਹੋ ਰਹੀ ਹੈ ਅੰਦਰ ਕੀ ਕੁਝ ਜਿਹੜਾ ਕਿ ਕੀਤਾ ਜਾ ਰਿਹਾ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕੱਲ ਸ਼ਾਮ ਤੋਂ ਹੀ ਸੈਲੀਬ੍ਰੇਸ਼ਨ ਜਿਹੜੀਆਂ ਹੋ ਰਹੀਆਂ ਲੇਕਿਨ ਹਾਈ ਸਕਿਉਰਿਟੀ ਏਰੀਆ ਕਰਕੇ ਪੰਜਾਬ ਦੇ ਮੁੱਖ ਮੰਤਰੀ ਦਾ ਘਰ ਹੈ ਉਹ ਉਸ ਦੀ ਉਸ ਦੇ ਕਰਕੇ ਇੱਥੇ ਸੁਰੱਖਿਆ ਦਾ ਪ੍ਰਬੰਧ ਕਾਫੀ ਪੁਖਤਾ ਹੁੰਦੇ ਨੇ ਜਿਸ ਨੂੰ ਲੈ ਕੇ ਕਿ ਜਿਹੜੇ ਕਿ ਐਂਟਰੀ ਨਹੀਂ ਦਿੱਤੀ ਜਾ ਰਹੀ ਕਿਸੇ ਨੂੰ ਜਾਂ ਨਾ ਹੀ মিডিਆ ਅੰਦਰ ਪਹੁੰਚ ਸਕਦਾ ਹੈ ਨਾ ਹੀ ਕੋਈ ਹੋਰ ਸਿਰਫ ਜਿਹੜੀ ਇੱਕ ਛੋਟੀ ਜਿਹੀ ਗੈਸਟ ਲਿਸਟ ਹੈ ਇਨਵਾਈਟੇਡ ਲਿਸਟ ਹੈ ਸਿਰਫ ਉਹ ਗੈਸਟ ਜਿਹੜੇ ਕਿ ਐ ਇਸ ਵਕਤ ਅੰਦਰ ਪਹੁੰਚ ਰਹੇ ਨੇ ਸਿਰਫ ਉਹਨਾਂ ਗੈਸਟਾਂ ਨੂੰ ਜਿਹੜੇ ਕਿ ਅੰਦਰ ਜਾਣ ਦੀ ਪਰਮਿਸ਼ਨ ਦਿੱਤੀ ਗਈ ਹੈ ਉਹ ਗੈਸਟ ਜਿਹੜੇ ਕਿ ਐ ਕੱਲ ਤੋਂ ਹੀ ਇਸ ਸੀਐਮ ਹਾਊਸ ਦੇ ਵਿੱਚ ਮੌਜੂਦ ਨੇ ਕੱਲ੍ਹ ਸ਼ਾਮ ਤੋਂ ਜਿਹੜੀ ਸੈਲੀਬ੍ਰੇਸ਼ਨਸ ਚੱਲ ਰਹੀਆਂ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਗੁਰਪ੍ਰੀਤ ਕੌਰ ਦੇ ਪਰਿਵਾਰਕ ਮੈਂਬਰ ਵੀ ਇਸ ਵਕਤ ਅੰਦਰ ਹੀ ਮੌਜੂਦ ਨੇ ਤੇ ਸੈਲੀਬ੍ਰੇਸ਼ਨਸ ਦੇ ਵਿੱਚ ਸ਼ਾਮਲ ਹੋ ਰਹੇ ਨੇ ਬਿਲਕੁਲ ਪਰਿਵਾਰ ਤੋਂ ਇਲਾਵਾ ਜੇ ਪੋਲਿਟਿਸ਼ੀਅਨਸ ਦੀ ਗੱਲ ਕੀਤੀ ਜਾਏ ਮੋਲ ਕੱਲ ਜ਼ਿਕਰ ਹੋ ਰਿਹਾ ਸੀ ਕਿ तमाम ਵਿਧਾਇਕ ਤੇ ਨਾਲ ਹੀ ਜੋ ਮੰਤਰੀ ਨੇ ਉਹ ਪਹੁੰਚਣਗੇ ਪੰਜਾਬ ਦੇ ਇਸ ਬਾਰੇ ਕੀ ਕੁਝ ਅਪਡੇਟਸ ਨੇ ਇਹ तमाम ਚਿਹਰੇ ਜੋ ਪੰਜਾਬ ਦੀ ਸਿਆਸਤ ਲਈ ਬੇਹਦ ਅਹਿਮ ਨੇ ਇਸ ਵਿਆਸ ਸਮਾਗਮ 'ਚ ਪਹੁੰਚਣਗੇ ਜੀ ਬਿਲਕੁਲ ਅਮਰਤਾ ਇਹੀ ਜਾਣਕਾਰੀ ਅਜੇ ਤੱਕ ਸਾਹਮਣੇ ਆ ਰਹੀ ਹੈ ਕਿ ਸਿਰਫ ਪਰਿਵਾਰਕ ਮੈਂਬਰਸ ਤੇ ਇਹਨਾਂ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਤੇ ਨਾਲ ਨਾਲ ਤੇ ਅਰਵਿੰਦ ਕੇਜਰੀਵਾਲ ਦਾ ਪਰਿਵਾਰ ਤੇ ਮਨੀਸ਼ ਸਿਸੋਧਿਆ ਤੇ ਉਹਨਾਂ ਦਾ ਪਰਿਵਾਰ ਸਿਰਫ ਇਹੀ ਲੋਕ ਜਿਹੜੇ ਕਿਹਾ ਬੁਲਾਏ ਗਏ ਇਸ ਤੋਂ ਇਲਾਵਾ ਕੋਈ ਸਿਆਸਤਦਾਨ ਜਾਂ ਕੋਈ ਵੱਡਾ ਪੋਲੀਟੀਸ਼ਨ ਕੋਈ ਵੱਡਾ ਚਿਹਰਾ ਇਸ ਸ਼ਾਦੀ ਦੇ ਵਿੱਚ ਇਨਵਾਈਟਡ ਨਹੀਂ ਹੈ ਜੀ ਬਹੁਤ ਸ਼ੁਕਰੀਆ ਅਨਮੋਲ ਫਿਲਹਾਲ ਇਸ ਜਾਣਕਾਰੀ ਦੇ ਲਈ ਅਪਡੇਟਸ ਸੁਣਦੇ ਰਹੋ ਫਿਲਹਾਲ ਧੰਨਵਾਦ